ਪੂਰੀ ਦੁਨੀਆ ਦੀ ਮੁਸਲਮਾਨ ਔਰਤਾਂ ਨੂੰ ਮੇਰਾ ਪੈਗਾਮ ਹੈ ਕਿ ਵੱਡੀਆਂ ਵੱਡੀਆਂ ਚਾਦਰਾਂ ਸਿਰ 'ਤੇ ਕਰੋ, ਸਾਰਾ ਨਿਜ਼ਾਮ ਬਦਲ ਦਿਓ। ਕੋਈ ਪੁੱਛੇ ਕੀ ਹੋਇਆ, ਉਹਨੇ ਕਿਹਾ ਜਿਹਨਾਂ ਦੀ ਕਿਆਦਤ 'ਚ ਮੈਂ ਜਾਣਾ ਹੈ ਜੰਨਤ 'ਚ, ਉਹਨਾਂ ਦਾ ਤਾਂ ਦੁਪੱਟਾ ਚੰਦ ਅਤੇ ਸੂਰਜ ਵੀ ਨਹੀਂ ਵੇਖ ਸਕਦਾ। ਬਦਲੋ ਨਿਜ਼ਾਮ, ਘਰਾਂ ਵਿੱਚ ਵੀ ਮੁਸਲਮਾਨ, ਵੱਡੀਆਂ ਵੱਡੀਆਂ ਚਾਦਰਾਂ, ਦੁਕਾਨਦਾਰ ਪਰੇਸ਼ਾਨ ਹੋ ਜਾਣ, ਮਿਲਾਂ ਵਾਲੇ ਦੇ ਆਰਡਰ ਬਣ ਜਾਣ, ਕਹਿੰਦੇ ਕੁੜੀਆਂ ਵੱਡੀਆਂ ਵੱਡੀਆਂ ਚਾਦਰਾਂ ਮੰਗ ਰਹੀਆਂ। ਹੁਣ ਪਤਾ ਕੀ ਹੈ, ਹੁਣ ਦੁਕਾਨਾਂ ਤੋਂ ਕੱਪੜੇ ਲੈਣ ਜਾਓ ਔਰਤਾਂ ਦੇ, ਤਾਂ ਕਹਿੰਦੇ ਦੁਪੱਟੇ ਮੁਖਤਸਰ ਹੋ ਗਏ। ਅਸੀਂ ਗੱਲ ਕਰੋ, ਉਹਨਾਂ ਕਹਿੰਦੇ ਜੀ ਸਾਨੂੰ ਆਰਡਰ ਇਸ ਤਰ੍ਹਾਂ ਦੇਣ, ਨਿਜ਼ਾਮ ਬਦਲ ਦਿਓ ਸਾਰਾ, ਇੰਜ ਨਿਜ਼ਾਮ ਆਉਣਾ। ਮੁਸਲਮਾਨ ਔਰਤਾਂ ਵੱਡੀਆਂ ਵੱਡੀਆਂ ਚਾਦਰਾਂ ਕਰਨੀਆਂ ਸ਼ੁਰੂ ਕਰਨ, ਨੌਜਵਾਨ ਬੱਚੇ ਕੁਰਾਨ ਦੀਆਂ ਤਿਲਾਵਤਾਂ ਸ਼ੁਰੂ ਕਰੋ, ਕੇਬਲਾ ਚੁੱਕ ਕੇ ਬਾਹਰ ਸੁੱਟੋ। ਇਹ ਬਕਵਾਸ ਕਰਦੇ ਨੇ ਟੀਵੀਆਂ 'ਤੇ ਬਹਿ ਕੇ ਹਜ਼ੂਰ ਦੀ ਨਾਮੂਸ ਦੇ ਖਿਲਾਫ, ਤੁਸੀਂ ਉਹਨਾਂ ਦੇ ਪੈਸੇ ਦਿੰਦੇ ਉਹਨਾਂ ਟੀਵੀਆਂ ਨੂੰ, ਉਹਨਾਂ ਦੀਆਂ ਕੇਬਲਾਂ ਛੱਡੋ ਅਤੇ ਉਹ ਮੰਗਣਾ ਗਦਾਗਰ ਬਣਨ। ਉਹਨਾਂ ਕਿਹਾ ਕੀ ਹੋਇਆ, ਉਹਨਾਂ ਕਿਹਾ ਤੇਰੇ ਦਰ ਸੇ ਹੀ ਯਾਰ ਫਿਰਤੇ ਹੈ, ਫਿਰ ਦਰ ਬਦਲ। ਅਮਲਨ ਹਜ਼ੂਰ ਨਾਲ ਪਿਆਰ ਕਰੋ। ਹਾਂਜੀ, ਤਵੱਜੋ ਭਾਈ, ਅਮਲਨ ਹਜ਼ੂਰ ਨਾਲ ਪਿਆਰ ਕਰੋ। ਅਰਬਾਂ ਦੇ ਮਾਲਕ ਬਣ ਖੜੋ ਅਤੇ ਤੁਸੀਂ ਰਾਤ ਕੇਬਲਾਂ ਨਾ ਵੀ ਵੇਖੀਏ ਤਾਂ ਕੀ ਹੋਇਆ, ਔਰਤਾਂ ਦੇ ਜਿਸਮ ਨਾ ਵੀ ਵੇਖੇ ਤਾਂ ਕੀ ਹੋਇਆ। ਤੈਨੂੰ ਜੇ ਬੇਚੈਨੀ ਹੋਵੇ ਤਾਂ ਇੱਕ ਵਾਰੀ ਤਸੱਵਰ ਕਰੀ, ਗੁੰਬਾ ਦੇ ਖਜ਼ਰਾ ਵੇਖੀ, ਨੀਂਦ ਆਉਂਦੀ ਕਿ ਨਹੀਂ ਆਉਂਦੀ ਤੈਨੂੰ। ਗੱਲਾਂ ਕਰਨ ਵਾਲੇ ਤੁਸੀਂ ਵੀ ਕੋਈ ਤਾਂ ਬਦਲੋ ਨਾ। ਅੱਜ ਮੁਨਕਰੀ ਨੇ ਖਤਮੇ ਨਬੂਵਤ, ਅਸੀਂ ਮੀਰਪੁਰ ਵੀ ਉਹਨਾਂ ਦੇ ਖਿਲਾਫ ਕਾਨਫਰੰਸਾਂ ਕਰੀਏ, ਪਾਕਿਸਤਾਨ 'ਚ ਵੀ ਕਾਨਫਰੰਸਾਂ ਕਰੀਏ, ਉਹ ਆਪਣੇ ਵੱਡਿਆਂ ਵੱਡਿਆਂ ਅਹੁਦਿਆਂ 'ਤੇ ਬਹਿ ਕੇ ਮੁਸਲਮਾਨਾਂ ਨੂੰ ਐਵੇਂ ਬਾਂਦਰਾਂ ਦੀ ਤਰ੍ਹਾਂ ਨਚਾਣ, ਇਹਦਾ ਜਵਾਬ ਕਿਵੇਂ? ਇਹਦਾ ਜਵਾਬ ਅਮਲਨ ਹਜ਼ੂਰ ਨਾਲ ਪਿਆਰ ਹੈ। ਜਿੱਥੇ ਵੀ ਜਾਓ ਉੱਥੇ ਨਿਕਾਹ ਪੜ੍ਹਾਉਂਦੇ ਵੀ ਉਲਮਾ ਇਹ ਗੱਲ ਕਰਨ ਕਿ ਮੈਂ ਓਏ ਮੁੰਡਿਆ ਰਸੂਲੁੱਲਾ ਦੀ ਸ਼ਰੀਅਤ ਦੇ ਮੁਤਾਬਿਕ ਤੇਰਾ ਨਿਕਾਹ ਕਰਨ ਲੱਗਾ। ਨਿਜ਼ਾਮੇ ਮੁਸਤਫਾ ਜਾਣਦਾ ਹਜ਼ੂਰ ਕੌਣ ਹਨ? ਹਜ਼ੂਰ ਆਖਰੀ ਨਬੀ ਵਾ। ਭਰੀ ਮਜਲਿਸ 'ਚ ਹਜ਼ਾਰਾਂ ਦਾ ਮਜਮਾ ਹੋਵੇ, ਵੱਡੇ ਵੱਡੇ ਚੌਧਰੀਆਂ ਦੀਆਂ ਸ਼ਾਦੀਆਂ ਹੋਣ, ਉੱਥੇ ਵੀ ਕਹੋ ਜਾਣਦਾ ਹਜ਼ੂਰ ਦੀ ਸ਼ਰੀਅਤ ਕਿਹੜੀ, ਜਾਣਦਾ ਰਸੂਲੁੱਲਾ ਨੂੰ, ਹਜ਼ੂਰ ਆਖਰੀ ਨਬੀ ਵਨ। ਹਜ਼ੂਰ ਕੀ ਆਮਦ ਕੇ ਬਾਅਦ ਜੋ ਆਦਮੀ ਦਾਅਵਾ ਕਰੇ ਕਿਸੇ ਕਿਸਮ ਕਾ ਨਬੂਵਤ ਕਾ, ਵੋ ਕਾਫਿਰ ਹੈ, ਬੇਬਾਕ ਹੈ, ਵੋ ਮੁਰਤਦ ਹੈ। ਤੁਸੀਂ ਨਿਕਾਹ ਦੀ ਮਹਿਫਿਲ 'ਚ ਇੰਝ ਗੱਲ ਕਰੋ ਤੇ ਮੁਹੰਮਦ ਅਰਬੀ ਦਾ ਦੀਨ ਆਉਣਾ ਕਿ ਨਹੀਂ ਆਉਣਾ ਤਖਤ ਉੱਤੇ ਜਨਾਬ ਜੀ? ਖਤਮੇ ਨਬੂਵਤ, ਖਤਮੇ ਨਬੂਵਤ।